ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਿੰਘ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ, ਉਹ ਜਾ ਰਹੇ ਨੇ ਹੁਣ ਇਸ ਵੇਲੇ ਤਕਰੀਬਨ ਡਿਪਾਰਚਰ। ਤੁਸੀਂ ਏਅਰਪੋਰਟ 'ਤੇ ਦੇਖਦੇ ਹੋ, ਓਕੇ, ਧੰਨਵਾਦ ਜੀ। ਚੰਗਾ ਜੀ, ਸਿੰਘ ਸਾਹਿਬ ਜੀ, ਚੰਗਾ ਜੀ, ਖਾਲਸਾ ਲਾਈਵ ਚੱਲ ਰਿਹਾ ਜੀ। ਅੱਛਾ, ਹਾਂਜੀ, ਤੇ ਜਾਂਦੇ ਜਾਂਦੇ ਕਰ ਦਿਓ। ਹਾਂਜੀ, ਬੰਦੇ ਦੀ ਕੌਣ ਹਾਂਜੀ, ਸੰਗਤ ਜੀ, ਸਿੰਘ ਸਾਹਿਬ ਚੱਲ ਗਿਆ, ਸਰਪੰਚ ਸਾਹਿਬ, ਹਾਂਜੀ, ਕੀ ਕਹਿਣਾ ਚਾਹੁੰਦੇ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮਨ ਦੇ ਵਿੱਚ ਸਾਡੇ ਨਿਰਾਸ਼ਾ ਹੈ, ਕਹਿਣਾ ਇਹ ਚਾਹੁੰਦੇ ਹਾਂ। ਕਿਹੜੀ ਗੱਲ ਦੀ? ਕੀ ਨਿਰਾਸ਼ਾ? ਇਸ ਗੱਲ ਦੀ ਆ ਵੀ ਅਸੀਂ ਪੰਜ ਦਿਨ ਰਹੇ ਇਕੱਠੇ ਆਪਾਂ, ਠੀਕ, ਵੀ ਹੁਣ ਸਾਨੂੰ ਉਹ ਇੱਕ ਕਾਲ ਤਖਤ ਦੇ ਜਥੇਦਾਰ ਹੋ ਕੇ ਸਾਡੇ ਸਭ ਤੋਂ ਵੱਡੇ, ਇਸ ਗੱਲ ਦੀ ਨਿਰਾਸ਼ਾ ਵੀ ਹੁਣ ਸਾਨੂੰ ਉਹਨਾਂ ਨੂੰ ਜਾਣਾ ਪਿਆ, ਸਾਨੂੰ ਰਹਿਣਾ ਪਿਆ ਜੀ। ਹਾਂਜੀ ਹਾਂਜੀ, ਇਸ ਕਰਕੇ ਵੀ ਇਹ ਨਿਰਾਸ਼ਾ ਉੱਦਾਂ ਨਹੀਂ, ਜੋ ਸਿੰਘ ਸਾਹਿਬ ਕਰਕੇ ਗਏ ਆ ਉਹ ਮਹਾਰਾਜ ਦੀ ਕਿਰਪਾ, ਉਹ ਇਤਿਹਾਸ ਨੂੰ ਇੱਕ ਦਰਹਾ ਕੇ ਗਏ, ਠੀਕ ਹੈ ਨਾ ਜੀ। ਉਹ ਗੱਲ ਤੋਂ ਅਸੀਂ ਖੁਸ਼ੀ ਬਹੁਤ ਹਾਂ, ਨਿਰਾਸ਼ਾ ਸਾਡੀ ਇਹ ਆ ਵੀ ਹੁਣ ਸਾਨੂੰ ਅਸੀਂ ਪੰਜ ਦਿਨ ਆਪਾਂ ਇਕੱਠੇ ਰਹੇ ਹਾਂ ਤੇ ਹੁਣ ਉਹ ਚਲੇ ਗਿਆ, ਅਸੀਂ ਰਹਿ ਗਏ, ਮਨ ਦੇ ਵਿੱਚ ਬਰਾਗ ਆ ਰਿਹਾ। ਹਾਂਜੀ, ਗੱਲ ਤੇ ਫਿਰ ਵੀ ਜਿੱਦਾਂ ਜਿਹੜੀ ਉਹਨਾਂ ਦੀ ਫੇਰੀ ਹੈ ਕਰੀ, ਅਸੀਂ ਫੇਰ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਬਈ ਤੁਹਾਨੂੰ ਕਿੱਦਾਂ ਮਹਿਸੂਸ ਹੋਈ ਆ ਇਹ ਫੇਰੀ? ਇਹ ਫੇਰੀ ਰਘਵੀਰ ਸਿੰਘ ਜੀ, ਇਹ ਗੱਲ ਸੀ ਬਈ ਜਿੱਦਾਂ ਜਥੇਦਾਰ ਸਾਰੇ ਸਤਿਕਾਰਯੋਗ ਆ, ਜੋ ਵੀ ਕਾਲ ਤਖਤ ਦਾ ਜਥੇਦਾਰ ਹੁੰਦਾ ਉਹ ਸਤਿਕਾਰਯੋਗ ਆ ਸਾਡੇ ਲਈ, ਉਹ ਬਹੁਤ ਮਾੜੇ ਬੰਦੇ ਜਿਹੜੇ ਆਪਾਂ ਗਾਲਾਂ ਕੱਢੀਏ ਕਿਸੇ ਨੂੰ, ਅੱਜ ਸਾਡੇ ਲਈ ਜਥੇਦਾਰੀ ਜਿਹੜੀ ਹੈਗੀ ਆ ਇਹ ਉਹਦਾ ਸਤਿਕਾਰਯੋਗ ਆ, ਪਰ ਜੋ ਇਹਨੇ ਨਿਭਾਇਆ, ਅੱਜ ਅਸੀਂ ਅਕਾਲੀ ਫੂਲਾ ਸਿੰਘ ਨੂੰ ਯਾਦ ਕਰਦੇ ਹਾਂ ਜਾਂ ਸਾਧੂ ਸਿੰਘ ਭੋਰੇ ਨੂੰ ਯਾਦ ਕਰਦੇ ਹਾਂ ਜਾਂ ਹੋਰ ਚੰਗੇ ਜਥੇਦਾਰਾਂ ਨੂੰ ਯਾਦ ਕਰਦੇ ਹਾਂ ਨਾ, ਸਿੰਘ ਸਾਹਿਬ ਗੁਰਦੇਵ ਸਿੰਘ ਜੀ, ਕੌਂਕੇ, ਹਾਂਜੀ, ਕੌਂਕੇ ਨੂੰ ਯਾਦ ਕਰਦੇ ਹਾਂ, ਹਾਂਜੀ, ਇਸੇ ਤਰ੍ਹਾਂ ਜੋ ਇਹਨਾਂ ਕੋ ਵਿਦਵਤਾ, ਜੋ ਇਹਨਾਂ ਕੋ ਸੰਗਤ ਨੂੰ ਦੇਣ ਲਈ ਮਤਲਬ ਹੈਗਾ, ਹਾਂ, ਉਹ ਹੈ ਨਹੀਂ ਕਿਸੇ, ਸਹਿਣ ਸ਼ਕਤੀ ਵੀ ਬਹੁਤ ਪੂਰੀ ਜਾਰੀ ਹੈ, ਅਗਲੇ ਨੂੰ ਸੈਟਿਸਫਾਈ ਕਰਾਉਣਾ, ਸਭ ਕੁਛ ਕਰਾਉਣਾ। ਮੈਂ ਕਹਿੰਦਾ ਵੀ ਆ ਪਹਿਲੀ ਵਾਰੀ ਆ ਕਿ ਆਪਾਂ ਸਾਰੇ ਗੁਰਦੁਆਰਿਆਂ 'ਚ ਜਾਏ ਹਾਂ, ਦੇਖੋ ਨਾ ਕੋਈ ਜਾਤ ਨਾ ਕੋਈ ਪਾਤ, ਹਰ ਗੁਰਦੁਆਰੇ 'ਚ ਕਹਿੰਦਾ, ਠੀਕ, ਜੋ ਇਹ ਚੱਲੇ ਆ ਸਾਡੇ 'ਚੋਂ ਜਾਤਾਂ ਪਾਤਾਂ ਖਤਮ ਹੋਣੀਆਂ ਚਾਹੀਦੀਆਂ। ਹਾਂਜੀ, ਜਿਸ ਤਰ੍ਹਾਂ ਜਥੇਦਾਰ ਜੀ ਆਏ ਆ, ਸਾਰਿਆਂ ਦੇ ਮਨ ਦੇ ਵਿੱਚ ਬੜੀ ਖੁਸ਼ੀ ਆ,
ਗੱਲ ਇਹ ਆ ਵੀ ਮੈਂ ਇੱਕੋ ਹੀ ਬੇਨਤੀ ਕਰਦਾ ਸਾਰਿਆਂ ਨੂੰ, ਜਥੇਦਾਰ ਸਰ ਸਾਨੂੰ ਬਹੁਤ ਵਿੱਤ ਵਾਲੇ ਮਿਲੇ ਆ, ਪਰ ਅਸੀਂ ਸਾਰੀਆਂ ਈਰਖਾ ਛੱਡ ਕੇ ਸਭ ਕੁਝ ਛੱਡ ਕੇ ਅਸੀਂ ਜਿਹੜੀ ਗੁਰਬਾਣੀ ਦੀ ਨਿੰਦਿਆ ਕਰਦੇ ਹਾਂ ਉਹਨੂੰ ਛੱਡ ਦਈਏ, ਫਿਰ ਸਾਡੀਆਂ ਬੁਲੰਦੀਆਂ 'ਤੇ ਜਾਵਾਂਗੇ। ਕੱਲ੍ਹ ਮੈਂ ਖੁਦ ਦੇਖਿਆ, ਕਿਉਂਕਿ ਇੰਗਲੈਂਡ 'ਚ ਮੌਕਾ ਮਿਲਿਆ ਜਾਂ ਪੰਜਾਬ 'ਚ ਵੀ, ਇਟਲੀ ਦੇ ਵਿੱਚ ਵੀ ਮੈਂ ਉਹਨਾਂ ਦੇ ਨਾਲ ਵਿਚ ਰਿਹਾ, ਉਹਨਾਂ ਨੇ ਕਦੇ ਨਹੀਂ ਕਿਹਾ ਵੀ ਮੈਂ ਇਸ ਵਿਅਕਤੀ ਨੂੰ ਨਹੀਂ ਮਿਲਣਾ ਜਾਂ ਮੈਂ ਇਸ ਗੁਰਦੁਆਰੇ ਨਹੀਂ ਜਾਣਾ। ਬਿਲਕੁਲ ਆਪਾਂ ਦੇਖਿਆ 5 ਦਿਨਾਂ 'ਚ। ਹਾਂ ਮੈਂ ਇੱਕੋ ਹੀ ਗੱਲ ਕਹਿੰਦਾ, ਹਾਂਜੀ, ਜੇ ਆਪਾਂ ਕੌਮ ਦੀ ਚੜ੍ਹਦੀ ਕਲਾ ਚਾਹੁੰਦੇ ਹਾਂ, ਠੀਕ ਸਾਧ ਸੰਗਤ ਜੀ, ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਾਂ ਆਪਣੇ ਗੁਰੂ ਦੀ ਵਿਅਕਤੀ ਜਿਹੜੀ ਆ ਨਾ, ਗੁਰੂ ਦੀ ਜਿਹੜੀ ਆਪਾਂ ਗੁਰੂਆਂ ਦੀ ਨਿੰਦਿਆ ਕਰਦੇ ਹਾਂ, ਗੁਰਬਾਣੀ ਦੀ ਕਰਦੇ ਹਾਂ, ਉਹਨੂੰ ਆਪਾਂ ਛੱਡ ਦਈਏ, ਆਪਾਂ ਸ਼ਰਧਾ ਲੈ ਕੇ ਚੱਲੀਏ ਅਤੇ ਗੁਰੂ ਦੀ ਬਾਣੀ 'ਤੇ ਭਰੋਸਾ ਰੱਖੀਏ, ਫਿਰ ਆਪਣੀ ਚੜ੍ਹਦੀ ਕਲਾ। ਜਿਹੜਾ ਬੰਦਾ ਸਾਨੂੰ ਇਹ ਦੱਸਦਾ ਵੀ ਗੁਰੂਆਂ ਨੇ, ਗੁਰੂ ਸਾਹਿਬ ਨੇ ਆਹ ਨਹੀਂ ਕੀਤਾ, ਆਹ ਨਹੀਂ ਕਰ ਸਕਦੇ, ਉਹਨੂੰ ਅਸੀਂ ਕਹੀਏ ਕਿ ਤੈਨੂੰ ਅਸੀਂ ਮੱਥਾ ਟੇਕਦੇ ਹਾਂ, ਭਾਈ ਤੂੰ ਜਾ, ਜਾਣੀ ਇੱਕ ਲੀਕ ਪਾਉਣੀ ਪਊਗੀ, ਲੀਕ ਪਾਉਣੀ। ਪਰ ਉਹ ਕਿਹੜੇ ਥੋੜ੍ਹੇ ਬੰਦੇ ਰਹਿ ਜਾਣੇ, ਠੀਕ, ਪਰ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਜਿਹੜੇ ਤੁਹਾਡੇ ਮਨ ਦੇ ਵਿੱਚ ਨਹੀਂ, ਲੋਕਾਂ ਨੇ ਨਾ ਇੱਦਾਂ ਦੇ ਬਦਬਾਨਾਂ ਨੇ ਪਾਇਆ, ਉਹ ਏਜੰਸੀਆਂ ਕਰਾ ਰਹੀਆਂ, ਠੀਕ, ਉਹ ਮੈਂ ਕਹਿੰਦਾ ਕੱਢ ਕੇ ਤੁਸੀਂ ਉਹਨਾਂ ਦੀ ਨਾ ਸੁਣੋ, ਤੁਸੀਂ ਗੁਰੂ ਦੀ ਸੁਣੋ ਵੀ ਗੁਰੂ ਸਾਹਿਬ ਕੀ ਕਹਿੰਦੇ ਆ। ਸ਼ਰਧਾ ਰੱਖ ਕੇ ਆਪਾਂ ਇਸ ਗੱਲ 'ਤੇ ਨਾ, ਆਪਾਂ ਗੁਰੂ ਨੂੰ ਮੰਨੀਏ ਅਤੇ ਸ਼ਰਧਾ ਰੱਖੀਏ। ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਗੁਰੂ ਦੀ ਨਿੰਦਿਆ ਛੱਡ ਦਿਓ, ਫਿਰ ਸਾਡਾ ਏਕਾ ਹੀ ਉਪਾਅ। ਠੀਕ ਹੈ ਜੀ, ਧੰਨਵਾਦ ਜੀ। ਤੁਸੀਂ ਭਾਈ ਸਾਹਿਬ ਕੀ ਨਾਂ ਆਪਣਾ? ਭਾਈ ਹਰਜਿੰਦਰ ਸਿੰਘ ਜੀ। ਹਰਜਿੰਦਰ ਸਿੰਘ ਜੀ, ਤੁਸੀਂ ਤਕਰੀਬਨ ਮੇਰੇ ਖਿਆਲ ਡਰਾਈਵਿੰਗ ਦੇ ਤੌਰ 'ਤੇ ਪੂਰਾ ਨਾਲ ਰਹੇ ਹਾਂ, ਤੁਸੀਂ ਕਿੱਦਾਂ ਮਹਿਸੂਸ ਕੀਤਾ? ਮੈਂ ਇਹ ਮਹਿਸੂਸ ਕੀਤਾ ਜੀ, ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 50 ਸਾਲ ਦੀ ਉਮਰ ਤੱਕ ਜਿੰਨਾ ਵੀ ਮੈਂ ਇਤਿਹਾਸ ਪੜ੍ਹਿਆ ਜਾਂ ਜਾਣਿਆ, ਮੈਨੂੰ ਲੱਗਦਾ ਕਿ ਬੀਤ ਗਏ 40 ਸਾਲਾਂ ਦੇ ਵਿੱਚ, ਹਾਂਜੀ, ਇਹ ਪਹਿਲੇ ਸਿੰਘ ਸਾਹਿਬ ਹੋਏ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ, ਜਿਨ੍ਹਾਂ ਨੇ UK ਦੇ ਵਿੱਚ ਆਣ ਕੇ ਹਰੇਕ ਸਿੱਖ ਨੂੰ ਤ੍ਰਿਪਤ ਕੀਤਾ, ਠੀਕ, ਹਰੇਕ ਦੀ ਆਪਣੇ ਹਰੇਕ ਦੇ ਕੁਐਸਚਨ ਦਾ ਪੂਰਨ ਤੌਰ 'ਤੇ ਉਹਨਾਂ ਨੂੰ ਆਨਸਰ ਦਿੱਤਾ, ਉਹ ਸਭ ਨੂੰ ਸੰਤੁਸ਼ਟ ਕੀਤਾ, ਹਾਂਜੀ, ਔਰ ਗੁਰੂ ਘਰਾਂ ਦੇ ਵਿੱਚ ਵੱਖ ਵੱਖ 35 ਤੋਂ 40 ਗੁਰੂ ਘਰਾਂ ਦੇ ਵਿੱਚ 5 ਦਿਨਾਂ ਦੇ ਵਿੱਚ ਉਹਨਾਂ ਨੇ 1500 ਮਾਈਲ ਸਾਡੇ ਗੱਡੀ ਦਾ ਸਫ਼ਰ, ਇੱਕ ਵੀਕ 'ਚ 1500 ਮਾਈਲ ਦਾ ਸਫ਼ਰ ਕਰਕੇ ਵੱਖ ਵੱਖ ਗੁਰੂ ਘਰਾਂ 'ਚ, 35 ਤੋਂ 40 ਗੁਰੂ ਘਰਾਂ 'ਚ, ਨਾਲੇ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ ਜੀ ਉਹਨਾਂ ਨੇ ਨਾਲ, ਅਸੀਂ ਸਵੇਰ ਤੋਂ ਲੈ ਕੇ ਰਾਤ ਨੂੰ 12 ਵਜੇ ਸਿੰਘ ਸਾਹਿਬ ਆਪਣੇ ਬੈੱਡ 'ਤੇ ਜਾਂਦੇ ਸੀ, ਅਤੇ 2 ਵਜੇ ਬੈੱਡ 'ਤੇ ਜਾਂਦੇ ਸੀ ਅਤੇ 4 ਵਜੇ ਉੱਠ ਜਾਂਦੇ ਸੀ। ਸਿਰਫ ਉਹ 24 ਘੰਟਿਆਂ 'ਚੋਂ 2 ਤੋਂ 3 ਘੰਟੇ ਦੀ ਨੀਂਦ ਲੈਂਦੇ ਰਹੇ ਨੇ, ਔਰ ਉਹਨਾਂ ਨੇ 21-22 ਘੰਟੇ ਜਿਹੜੇ ਨੇ ਉਹ ਸੰਗਤ ਨੂੰ ਦਿੱਤੇ ਨੇ ਰਾਤ ਦੇ 1-2 ਵਜੇ ਤੱਕ। ਸੁਭਾਅ ਕਿੱਦਾਂ ਦਾ ਲੱਗਾ ਉਹਨਾਂ ਨੂੰ ਤੁਹਾਨੂੰ? ਸੁਭਾਅ ਉਹਨਾਂ ਦਾ ਇਸ ਤਰ੍ਹਾਂ ਲੱਗਦਾ ਸੀ ਜੀ, ਜਿੱਦਾਂ ਉਹਨਾਂ ਦੇ ਅੰਦਰ ਇਹ ਆਵਾਜ਼ ਆ ਰਹੀ ਸੀ, ਏਕ ਪਿਤਾ ਏਕ ਸਕੇ ਹਮ ਵਾਰਕ, ਉਹ ਚਾਹੁੰਦੇ ਨੇ ਕਿ ਸਾਰੀ ਸ੍ਰਿਸ਼ਟੀ ਦੇ ਉੱਤੇ ਸਾਰਿਆਂ ਮਨੁੱਖਾਂ ਦਾ ਉਹ ਭਲਾ ਚਾਹੁੰਦੇ ਨੇ, ਔਰ ਸਾਰੀਆਂ ਕੌਮਾਂ ਨੂੰ, ਸਾਰੀਆਂ ਕਮਿਊਨਿਟੀਆਂ ਨੂੰ, ਸਾਰੀਆਂ ਜਥੇਬੰਦੀਆਂ ਨੂੰ ਸੰਸਾਰ ਵਿੱਚ ਸਾਰਿਆਂ ਨੂੰ ਉਹ ਇੱਕ ਮੰਚ 'ਤੇ ਇਕੱਠਾ ਕਰਕੇ ਉਹ ਅਕਾਲ ਪੁਰਖ ਦੇ ਨਾਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦਾ ਪੂਰਨ ਤੌਰ 'ਤੇ ਉਪਰਾਲਾ ਕਰਨ ਦੇ ਸਮਰੱਥ ਨੇ, ਸਾਨੂੰ ਇਹ ਲੱਗਿਆ। ਔਰ ਅਸੀਂ ਬਹੁਤ ਉਹਨਾਂ ਨੂੰ ਅੱਜ ਮਿਸ ਕਰਦੇ ਪਏ ਹਾਂ, ਸਾਡਾ ਬੱਸ ਚੱਲਦਾ ਅਤੇ ਅਸੀਂ ਉਹਨਾਂ ਨੂੰ ਇੰਗਲੈਂਡ ਤੋਂ ਜਾਣ ਦਾ ਬਹੁਤ ਮਿਸ ਕਰ। ਹਾਂਜੀ, ਆਪਣੇ ਜਸਵੀਰ ਸਿੰਘ ਜੀ, ਤੁਸੀਂ ਅੱਜ ਪੰਜਾਬ ਤੋਂ ਇੱਥੇ ਏਅਰਪੋਰਟ 'ਤੇ ਉਤਰੇ ਹਾਂ, ਇੱਥੇ ਮਿਲੇ ਹਾਂ, ਅਤੇ ਤੁਹਾਨੂੰ ਜਿੱਦਾਂ ਇੱਧਰਲੀਆਂ ਖਬਰਾਂ ਤਾਂ ਜਾਂਦੀਆਂ ਰਹਿੰਦੀਆਂ ਹੋਣੀਆਂ, ਕਿਵੇਂ ਪੰਜਾਬ ਦੇ ਲੋਕ ਮਹਿਸੂਸ ਕਰਦੇ ਜੀ ਹੈ ਸਿੰਘ ਸਾਹਿਬ ਦੀ ਇੰਗਲੈਂਡ ਫੇਰੀ? ਪੰਜਾਬ ਤਾਂ ਚਲੋ ਖੁਸ਼ੀ ਮਹਿਸੂਸ ਕਰਦੇ ਹੋ, ਇੱਥੇ ਹਾਲਾਤਾਂ ਬਾਰੇ ਜਾਣਦੇ, ਸਾਨੂੰ ਬਹੁਤ ਖੁਸ਼ੀ ਹੋਈ ਜਦੋਂ ਪਤਾ ਲੱਗਾ ਅਸੀਂ ਰੱਬ ਨੇ ਸਬੱਬ ਬਣਾਇਆ ਵੀ ਅੱਜ ਸਾਡਾ ਮੇਲ ਕੁਦਰਤੀ ਹੋ ਗਿਆ। ਸਾਡੇ ਮਨ 'ਚ ਇਹ ਫਿਕਰ ਸੀਗਾ, ਜਦੋਂ ਇਹ ਪਹਿਲਾਂ ਹੀ ਨਹੀਂ ਆਉਣਾ ਸੀਗਾ, ਉਦੋਂ ਅਸੀਂ ਇੱਥੇ
ਖੁਸ਼ ਸੀਗੇ ਕਿ ਸਿੰਘ ਸਾਹਿਬ ਆ ਰਹੇ ਨਾਲ ਪੁੱਛਣਾਗੇ ਜੀ। ਹਾਂਜੀ ਮੌਕਾ ਨਹੀਂ ਮਿਲਿਆ ਅਤੇ ਅਸੀਂ ਇੰਡੀਆ ਜਾਣਾ ਪੈ ਗਿਆ ਜੀ, ਅਤੇ 3 ਵੀਕਾਂ ਰਹਿ ਕੇ ਆਏ ਜਦੋਂ ਸਾਨੂੰ ਪਤਾ ਲੱਗਾ, ਫਿਰ ਮਨ 'ਚ ਮਜੂਸੀ ਸੀਗੀ ਵੀ ਉੱਧਰ ਚਲ ਗਿਆ ਸੀ ਸਾਡਾ ਮੇਲ ਨਹੀਂ ਹੋਇਆ, ਪਰ ਜੋ ਵੀ ਇੱਥੇ ਕੰਮ ਕੀਤਾ ਕਮਿਊਨਿਟੀਆਂ ਨੂੰ ਜੋੜਨ ਦਾ ਜੀ, ਅਤੇ ਸਿੱਖ ਕੌਮ ਨੂੰ ਇਕਮੁੱਠ ਕਰਨ ਦਾ, ਉਹ ਬਹੁਤ ਵੱਡਾ ਉਪਰਾਲਾ ਉਹਨਾਂ ਦਾ, ਅਤੇ ਰਾਜਨੀਤੀ ਤੌਰ 'ਤੇ ਇਸ ਵੇਲੇ ਬਹੁਤ ਵਧੀਆ ਉਹ ਜੋ ਵਿਚਾਰਧਾਰਾ ਦਿੰਦੇ ਆ ਸਿੱਖਾਂ ਨੂੰ ਅਤੇ ਹੋਰ ਬਾਕੀਆਂ ਨੂੰ ਸਿੱਖ ਕੌਮ ਦੇ ਨਾਲ ਜੋੜਨ ਦਾ ਉਪਰਾਲਾ ਉਹਨਾਂ ਦਾ ਅਥਾਹ ਹੈ ਜੀ, ਜਿਹਦੀ ਵਾਹ ਨਹੀਂ ਕੋਈ ਹੈਗੀ। ਅਤੇ ਜਿੱਦਾਂ ਸਿੰਘ ਸਭਾ ਗੁਰਦੁਆਰਾ, ਸਰਪੰਚ ਸਾਹਿਬ ਹਰਜੀਤ ਸਿੰਘ ਜੀ ਨਾਲ ਆ, ਮੱਲੀ ਸਾਹਿਬ, ਇਹਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ, ਮਤਲਬ ਉਹਦੇ ਤੋਂ ਤੁਸੀਂ ਖੁਸ਼ ਹੋ? ਹਾਂਜੀ, ਜਿਹੜੇ ਵੀ ਸਿੰਘਾਂ ਨੇ ਕੀਤਾ ਜੀ, ਅਸੀਂ ਤਾਂ ਇਹ ਕਹਿੰਦੇ ਵੀ ਸਿੰਘ ਸਾਹਿਬ ਆਏ ਆ ਇੰਗਲੈਂਡ ਦੀ ਧਰਤੀ 'ਤੇ, ਉਹ ਬਹੁਤ ਵਧੀਆ ਉਪਰਾਲਾ। ਚਲੋ ਇਹ ਜਿਹੜੇ 3 ਤੁਸੀਂ ਨਾਂ ਲਏ ਸਰਪੰਚ ਜਾਂ ਮੱਲੀ, ਇਹ ਤਾਂ ਇੱਕ ਬਹਾਨਾ ਬਣਦਾ ਵੀ ਮੋਹਰੇ ਲੱਗ ਜਾਂਦਾ, ਪਰ ਇਹ ਕੌਮੀ ਤੌਰ 'ਤੇ ਸਾਡੇ ਸਮੁੱਚੇ ਪੰਥ ਨੂੰ ਖੁਸ਼ੀ ਹੈ ਜੀ, ਸਾਰੇ ਕੌਮੀ ਤੌਰ 'ਤੇ ਆਏ ਆ, ਅਤੇ ਜੇ ਮੱਲੀ ਹੁਣੀ ਵੀ ਉਪਰਾਲਾ ਕੀਤਾ ਉਹ ਇੱਕ ਬਹੁਤ ਵਧੀਆ ਉੱਦਮ ਹੈ, ਉਹ ਤਾਂ ਇੱਕ ਜ਼ਰੀਆ ਬਣਦੇ ਆ। ਠੀਕ ਹੈ, ਪਰ ਇਹ ਤਾਂ ਕੌਮੀ ਤੌਰ 'ਤੇ ਸਾਡੀ ਕੌਮ ਨੂੰ ਬੈਨੀਫਿਟ ਹੈ। ਹਰਜਿੰਦਰ ਸਿੰਘ ਜੀ, ਤੁਸੀਂ ਹੋਰ ਕਹਿਣਾ ਚਾਹੁੰਦੇ? ਮੈਂ ਇਹ ਦੱਸਣਾ ਚਾਹੁੰਦਾ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਸਾਡੇ 'ਤੇ, ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਸਾਨੂੰ ਇਸ ਵੇਲੇ ਜਿਹੜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਨੇ, ਉਹ ਤਖ਼ਤ ਦਮਦਮਾ ਸਾਹਿਬ ਅਤੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਜਿਹੜੇ ਸ੍ਰੀ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਨੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹਾਂਜੀ, ਇਹ ਐਤਕੀ ਸਿੰਘ ਸਾਹਿਬ ਸਾਨੂੰ ਤਖ਼ਤਾਂ ਦੇ ਜਿਹੜੇ ਮਿਲੇ ਨੇ ਨਾ, ਇਹ ਪੂਰੇ ਇਕੱਠੇ ਹੋ ਕੇ ਪੂਰਾ ਜ਼ੋਰ ਲਾ ਰਹੇ ਨੇ ਆਪਣੇ ਪੰਥ ਨੂੰ ਸੇਧ ਦੇਣ ਦੀ ਅਤੇ ਪੰਥ ਨੂੰ ਉੱਚਾ ਚੱਕਣ ਦੀ, ਬਹੁਤ ਕੋਸ਼ਿਸ਼ ਕਰਦੇ ਪਏ ਨੇ, ਔਰ ਸਾਨੂੰ ਪੂਰਨ ਭਰੋਸਾ ਇਹਨਾਂ ਦੇ ਉੱਤੇ, ਪੂਰਨ ਵਿਸ਼ਵਾਸ ਹੈ ਕਿ ਅੰਦਰੋਂ ਜ਼ੋਰ ਲਾ ਰਹੇ ਨੇ, ਇਹਨਾਂ ਦੇ ਅੰਦਰ ਦਰਦ ਹੈ ਪੰਥ ਦਾ। ਅਤੇ ਹਾਂਜੀ ਹਾਂਜੀ, ਭਾਈ ਪਰਮਜੀਤ ਸਿੰਘ ਜੀ, ਤੁਸੀਂ ਵੀ ਨਾਲ ਹੀ ਰਹੇ ਹਾਂ, ਤੁਸੀਂ ਕੀ ਕਹਿਣਾ ਚਾਹੁੰਦੇ? ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਚਾਹੇ ਕਿਸੇ ਦੇ ਜ਼ਰੀਏ ਕਰ ਲਈ, ਚਾਹੇ ਕਿਸੇ ਦੇ, ਕਿਉਂਕਿ ਬੰਦੇ ਦੇ ਵੱਸ ਕੁਛ ਨਹੀਂ, ਜੋ ਕੁਛ ਹੈਗਾ ਅਕਾਲ ਪੁਰਖ ਦੇ ਵੱਸ ਆ। ਸਿੱਖਾਂ ਦੀਆਂ ਅਰਦਾਸਾਂ, ਸਾਡੀਆਂ ਆਪਣੀਆਂ ਲੋਕਾਂ ਦੀਆਂ ਮਨ ਦੀਆਂ ਭਾਵਨਾਵਾਂ, ਜਥੇਦਾਰ ਸਾਨੂੰ ਵਧੀਆ ਮਿਲਿਆ, ਅਤੇ ਸਾਡਾ ਫਰਜ਼ ਹੁਣ ਬਣਦਾ ਕਿ ਅਸੀਂ ਜਥੇਦਾਰ ਦੇ ਹਰੇਕ ਹੁਕਮ ਦੇ ਉੱਤੇ ਪਾਲਣਾ ਕਰੀਏ, ਅਤੇ ਤਾਂ ਕਿ ਸਿੱਖ ਕੌਮ ਜਿਹੜੀ ਆ ਇਹ ਅੱਜ ਜਿਹੜੀ ਸਾਡੇ ਵਿੱਚ ਦੁਬਧਾ ਪਈ ਉਹ ਸਾਰੀ ਨਿਕਲ ਗਈ, ਇੰਗਲੈਂਡ ਵਿੱਚ ਸਾਰੀ ਨਿਕਲ ਗਈ। ਮੈਂ ਵਿਚਰਿਆ ਜਿਨ੍ਹਾਂ ਦੇ ਮਨ ਵਿੱਚ ਕੋਈ ਗਿੱਲੇ ਸ਼ਿਕਵੇ ਹੁੰਦੇ, ਕਿਤੇ ਹੁੰਦੇ ਪਰਿਵਾਰਾਂ 'ਚ ਹੁੰਦੇ, ਘਰਾਂ 'ਚ ਹੁੰਦੇ, ਭਰਾਵਾਂ 'ਚ ਹੁੰਦੇ, ਪਰ ਜਦੋਂ ਰਲ ਮਿਲ ਕੇ ਬੈਠ ਕੇ ਗੱਲ ਕਰਦੇ ਨਾ ਉੱਥੇ ਸੰਤੁਸ਼ਟੀ ਹੋ ਜਾਵੇ, ਸਮਝ ਲਓ ਗਿੱਲੇ ਸ਼ਿਕਵੇ ਜਿਹੜੇ ਦੂਰ ਹੋ ਜਾਂਦੇ। ਸਿੰਘ ਸਾਹਿਬ ਨੇ ਉਹ ਸਾਡੀ ਜਿਹੜੇ ਲੋਕਾਂ ਦੇ ਮਨਾਂ ਦੇ ਸੀ ਉਹ ਦੂਰ ਕਰ ਦਿੱਤੇ, ਅਸੀਂ ਭਾਗਾਂ ਵਾਲੇ ਸਾਡੇ ਵਿੱਚੋਂ ਜਿੱਦਾਂ ਦੂਰ ਹੋਏ, ਮੈਂ ਕਹਿੰਦਾ ਦੂਸਰੇ ਵੀ ਜਿਹੜੇ ਮੁਲਕਾਂ 'ਚ ਜਾਣ ਉੱਥੇ ਵੀ ਦੂਰ ਹੋ ਜਾਣਾ, ਅਸੀਂ ਸਿੱਖ ਕੌਮ ਇੱਕ ਤਾਂ ਇਹੋ ਜਿਹਾ ਪੰਥ ਦੀ ਚੜ੍ਹਦੀ ਕਲਾ ਹੋ ਜਾਏ। ਠੀਕ ਹੈ, ਮਹਾਰਾਜ ਨੇ ਕਿਹਾ ਸੀ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇ ਜੀਊਂ ਮੈਂ ਸਾਰਾ, ਜਾਬੇ ਗਏ ਪਿਪਰਨ ਕੀ ਰੀਤ ਅਤੇ ਮੈਂ ਨਾ ਕਰੂੰ ਕਿਨ ਕੀ ਪ੍ਰਤੀਤ। ਇਹ ਨਿਆਰੇਪਣ ਦੇ ਬਹੁਤ ਵਧੀਆ ਸੰਕੇਤ ਮਿਲਿਆ, ਸਤਿਗੁਰੂ ਕਿਰਪਾ ਕਰਨ ਸਾਨੂੰ ਸੋਝੀ ਬਖਸ਼ਣ, ਅਸੀਂ ਇਸ ਗੱਲ ਨੂੰ ਸਮਝ ਸਕੀਏ। ਸਰਪੰਚ ਸਾਹਿਬ, ਆਖਰ ਦੇ ਵਿੱਚ ਕਿਉਂਕਿ ਆਪਾਂ ਹੁਣ ਸਮਾਪਤੀ ਵੱਲ ਹਾਂ, ਕੋਈ ਗੱਲ ਰਹਿ ਗਈ ਹੋਵੇ ਤੁਸੀਂ ਕਹਿਣੀ ਚਾਹੁੰਦੇ? ਮੈਂ ਭਾਈ ਰਵੀਰ ਸਿੰਘ ਜੀ ਇਹ ਕਹਿੰਦਾ ਤੁਹਾਡੇ ਸਾਰੇ ਭਰਾਵਾਂ ਦਾ, ਜਿਵੇਂ ਕੱਲ੍ਹ ਆ ਵੀ 6ਵੇਂ ਪਾਤਸ਼ਾਹ ਦਾ ਤਖ਼ਤ ਆ, ਹਾਂਜੀ 6ਵੇਂ ਪਾਤਸ਼ਾਹ ਨੇ ਕੜਾ ਵਰਤਾਈ ਜੋ ਕਿ ਇਸ ਵੇਲੇ ਦੁਬਧਾ ਪਈ ਸੀ, ਜਿਵੇਂ ਕਿਹਾ ਨਾ ਢਾਡੀ ਸਾਹਿਬ ਨੇ, ਉਹ ਦੁਬਧਾ ਨਿਕਲੀ ਆ। ਠੀਕ, ਬਾਕੀ ਮੁਲਕਾਂ 'ਚੋਂ ਵੀ ਨਿਕਲਣੀ ਚਾਹੀਦੀ ਆ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂ ਵੀ ਕੋਈ ਕਹੀ ਜਾਂਦਾ ਵੀ ਜੀ ਜਥੇਦਾਰ ਫਲਾਨੇ ਦਾ, ਜਥੇਦਾਰ ਫਲਾਨੇ ਦਾ ਜਥੇਦਾਰ ਹੈਗਾ ਅਕਾਲ ਤਖ਼ਤ ਦਾ। ਠੀਕ ਹੈ ਨਾ ਜੀ, ਜੋ ਸਾਡਾ ਸੰਵਿਧਾਨ ਕਹਿੰਦਾ, ਕਈ ਮੇਰੇ ਵੀਰ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਦੇ ਥੱਲਿਓਂ ਜਥੇਦਾਰ ਨਿਕਲਣਾ ਚਾਹੀਦਾ,
ਉਹਨਾਂ ਵੀਰਾਂ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਤੁਹਾਨੂੰ ਸੰਵਿਧਾਨ ਬਾਰੇ ਪਤਾ ਨਹੀਂ, ਸੰਵਿਧਾਨ ਤਾਂ ਸ਼੍ਰੋਮਣੀ ਕਮੇਟੀ ਨਹੀਂ ਬਦਲ ਸਕਦੀ, ਸ਼੍ਰੋਮਣੀ ਕਮੇਟੀ ਕੋਈ ਪਾਵਰ ਨਹੀਂ ਉਹ ਸੰਵਿਧਾਨ ਨੂੰ ਬਦਲਣੇ ਦੀ, ਉਹ ਪਾਰਲੀਮੈਂਟ ਨੇ ਬਦਲਣਾ, ਉਹ ਰਾਜ ਸਭਾ ਨੇ ਬਦਲਣਾ, ਉਹ ਰਾਸ਼ਟਰਪਤੀ ਨੇ ਬਦਲਣਾ, ਉਹ ਆਪਣੇ ਵੱਸ ਨਹੀਂ ਹੈਗਾ। ਜੋ ਬਣਿਆ ਆ ਸੰਵਿਧਾਨ ਹੈ ਨਾ ਜੀ, ਉਹਦੇ ਮੁਤਾਬਕ ਸਰਕਾਰਾਂ ਸਾਨੂੰ ਇਹ ਚਾਹੁੰਦੀਆਂ ਵੀ ਜਥੇਦਾਰੀ ਦੀ ਜਿਹੜੀ ਆ ਅਸੀਂ ਇਮਨ ਜਿਹੜਾ ਉਹਦਾ ਖਰਾਬ ਕਰੀਏ, ਆਪਾਂ ਜੋ ਇੱਥੇ ਇੰਗਲੈਂਡ ਵਿੱਚ ਬਣਾਇਆ ਉਹ ਬਹਾਲ ਹੋਇਆ ਮੁੜ ਕੇ ਛੇਵੇਂ ਪਾਤਸ਼ਾਹ ਦਾ, ਉਹਨੂੰ ਆਪਾਂ ਸਾਰੇ ਮੁਲਕਾਂ ਵਿੱਚ ਬਹਾਲ ਕਰੀਏ, ਅਤੇ ਉਹ ਜਥੇਦਾਰ ਇਕੱਲੇ ਨੇ ਨਹੀਂ ਕਰਨਾ, ਉਹ ਤੁਸੀਂ ਸੰਗਤ ਨੇ ਕਰਨਾ, ਠੀਕ ਸਾਰੇ ਕਿਉਂ ਕਰਨਾ, ਜੇ ਸੰਗਤ ਨਹੀਂ ਕਰੂਗੀ ਤਾਂ ਜਥੇਦਾਰ ਇਕੱਲਾ ਕੀ ਕਰੂਗਾ, ਜਥੇਦਾਰ ਨੇ ਹੁਕਮਨਾਮਾ ਜਾਰੀ ਕਰਤਾ ਕਿਸੇ ਪ੍ਰਤੀ, ਤਾਂ ਉਹਨੂੰ ਲਾਗੂ ਕਿਹਨ ਕਰਨਾ, ਤੁਸੀਂ ਕਰਨਾ, ਸੰਗਤ ਨੇ ਲਾਗੂ ਕਰਨਾ। ਮੈਂ ਸਾਧ ਸਿੰਘ ਜੀ ਇੱਕੋ ਹੀ ਗੱਲ ਕਰਦਾ, ਆਪਣੀ ਗੁਰੂ ਦੀ ਚਲਾਈ ਮਰਜ਼ਾਦਾ, ਆਪਣਾ ਗੁਰੂ ਦਾ ਚਲਾਇਆ ਸੰਵਿਧਾਨ ਉਹਨੂੰ ਆਪਾਂ ਕਾਇਮ ਰੱਖੀਏ, ਆਪਾਂ ਆਪਸ ਵਿੱਚ ਹੀ ਲੜੀਏ ਨਾ, ਆਪਾਂ ਗੁਰੂ 'ਤੇ ਸ਼ਰਧਾ ਰੱਖੀਏ, ਸ਼ਰਧਾ ਰੱਖਣ ਵਾਲਾ ਹੀ ਸਿੱਖ ਹੈ, ਜੇ ਸ਼ਰਧਾ ਤੋਂ ਬਿਨਾਂ ਉਹਨੂੰ ਨਾਸਤਿਕ ਕਿਹਾ ਜਾਂਦਾ, ਸਿੱਖ ਨਹੀਂ ਕਿਹਾ ਜਾਂਦਾ। ਇੰਨਾ ਕਿੰਨਾ ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।